ਬਾਈ ਜੀ ਟੀਵੀ ਵੇਖ ਰਹੇ ਹੋ ਤੁਸੀਂ ਤੇ ਮੈਂ ਜੱਸੀ ਬੜੈਚ ਅੱਜ ਦੀ ਸਾਡੀ ਮੁਲਾਕਾਤ ਬਹੁਤ ਖਾਸ ਹੋਏਗੀ ਮੁਲਾਕਾਤ ਖਾਸ ਇਸ ਲਈ ਆ ਕਿਉਂਕਿ ਜਿਹੜਾ ਅੱਜ ਦਾ ਸਾਡਾ ਮੁਲਾਕਾਤ ਕਰਨਾ ਜਿਹੜਾ ਸਾਡਾ ਮੁੱਖ ਮਕਸਦ ਉਹ ਹੈਗਾ ਕਿਤਾਬਾਂ ਨੂੰ ਲੈ ਕੇ ਕਹਿ ਸਕਦੇ ਨਾ ਕਿ ਕਿਤਾਬਾਂ ਤੋਂ ਖਾਬਾਂ ਤੱਕ ਅਗਰ ਕਿਤਾਬ ਲਾਇਬ੍ਰੇਰੀ ਦੇ ਵਿੱਚ ਆ ਤਾਂ ਦੈਟਸ ਇਟ ਕਿਤਾਬ ਆ ਉਹ ਅਗਰ ਕਿਤਾਬ ਲਾਇਬ੍ਰੇਰੀ 'ਚੋਂ ਬਾਹਰ ਹੁੰਦੀ ਹੈ ਤਾਂ ਉਹ ਕਿਤਾਬ ਇੱਕ ਸਾਡਾ ਖੁਆਬ ਬਣ ਜਾਂਦੀ ਹੈ ਸਾਡੇ ਨਾਲ ਵਿਸ਼ੇਸ਼ ਚਰਚਾ ਕਰਨ ਲਈ ਮੌਜੂਦ ਰਹਿਣਗੇ ਰੋਸ਼ਨ ਜੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਏ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਇੱਥੇ ਮੇਰੇ ਨਾਲ ਗੱਲਬਾਤ ਕਰਨ ਲਈ ਅਤੇ ਨਾਲੇ ਆਈ ਐਮ ਰੀਅਲੀ ਪ੍ਰਾਊਡ ਐਂਡ ਓਨਰਡ ਟੂ ਬੀ ਅ ਪਾਰਟ ਆਫ ਇਟ ਕਿੱਦਾਂ ਸਰ ਠੀਕ ਠਾਕ ਹੋ ਉਦਾਂ ਹਾਂਜੀ ਬਸ ਬਹੁਤ ਵਧੀਆ ਜੀ ਅੱਛਾ ਜਿੱਦਾਂ ਮੈਂ ਨਾ ਪਹਿਲੀ ਗੱਲ ਕੀਤੀ ਸੀ ਕਿ ਕਿਤਾਬਾਂ ਤੋਂ ਖੁਆਬਾਂ ਤੱਕ ਹਾਂਜੀ ਮੈਨੂੰ ਲੱਗਦਾ ਕਿ ਜੇ ਸਾਡੀ ਜ਼ਿੰਦਗੀ ਨੂੰ ਕੋਈ ਸਫਲਤਾ ਦੇ ਵੱਲ ਸਰ ਲੈ ਕੇ ਜਾ ਸਕਦਾ ਤਾਂ ਕਿਤਾਬਾਂ ਨੇ ਉਹ ਹਾਂਜੀ ਤੁਹਾਨੂੰ ਲੱਗਦਾ ਨਹੀਂ ਕਿ ਅੱਜ ਦੇ ਫੋਨਾਂ ਨੇ ਉਹ ਕਿਤਾਬਾਂ ਖੋਲੀਆਂ ਹੈ ਨਾ ਬਿਲਕੁਲ ਖੋਲੀਆਂ ਅੱਜ ਦੀਆਂ ਸਟੋਰੀਆਂ ਨੇ ਅੱਜ ਦੀਆਂ ਉਹ ਚੀਜ਼ਾਂ ਨੇ ਕਿਤਾਬਾਂ ਤੋਂ ਸਾਨੂੰ ਦੂਰ ਕਰਤਾ ਤੁਸੀਂ ਕੀ ਮੰਨਦੇ ਹੋ ਚੀਜ਼ ਦੇਖੋ ਜੀ ਮੈਂ ਤਾਂ ਬਹੁਤ ਜ਼ਿਆਦਾ ਇੱਧਰ ਉੱਧਰ ਟਰੈਵਲ ਕਰਦਾ ਰਹਿੰਦਾ ਅਤੇ ਥੋੜ੍ਹਾ ਬਹੁਤ ਇੰਨਾ ਤਾਂ ਮੈਨੂੰ ਸਮਝ ਹੀ ਆਇਆ ਕਿ ਅੱਜ ਦਾ ਯੂਥ ਬੇਸਿਕਲੀ ਜਿਹੜਾ ਹੈਗਾ ਆ ਉਹ ਜ਼ਿਆਦਾਤਰ ਸਕਰੀਨ ਦੀ ਤਰਫ ਜ਼ਿਆਦਾ ਵੱਧ ਗਿਆ ਆ ਮਤਲਬ ਕਿਤਾਬਾਂ ਉਹਨਾਂ ਨੂੰ ਛੱਡ ਚੁੱਕੇ ਬਟ ਉਹੀ ਯੂਥ ਜਿਹੜਾ ਹੈਗਾ ਉਹਨਾਂ ਸਾਹਮਣੇ ਸਿੰਪਲ ਜਿਹਾ ਸੋਲਿਊਸ਼ਨ ਹੈਗਾ ਕਿਤਾਬਾਂ ਪੜ੍ਹਨ ਦਾ ਪਰ ਉਹ ਕੀ ਕਰਦੇ ਆ ਕਿ ਸਕਰੀਨ ਦੇ ਵੱਲ ਜਾਂਦੇ ਆ ਫਿਰ ਡਿਪਰੈਸ ਹੁੰਦੇ ਆ ਬਹੁਤ ਸਾਰੀ ਸਵਾਲ ਉਹਨਾਂ ਦੇ ਉਹਨਾਂ ਨੂੰ ਲਾਈਫ ਦਾ ਗੋਲ ਨਹੀਂ ਸਮਝ ਆਉਂਦਾ ਆ ਉਹਨਾਂ ਦਾ ਲਾਈਫ ਦਾ ਕਰੀਅਰ ਦੇ ਰੂਟ ਨਹੀਂ ਸਮਝ ਆਉਂਦੇ ਆ ਪਰ ਐਟ ਦ ਸੇਮ ਟਾਈਮ ਦੇ ਹੈਵ ਅ ਸਿੰਪਲ ਸੋਲਿਊਸ਼ਨ ਇਨ ਫਰੰਟ ਆਫ ਦੈਮ ਦੈਟ ਇਜ਼ ਬੁੱਕਸ ਪਰ ਉਹ ਬੁੱਕ ਕਿਤਾਬਾਂ ਵਾਲੇ ਚੁੱਕ ਕੇ ਦੇਖਦੇ ਨਹੀਂ ਦ ਡੇ ਦ ਯੂਥ ਆਫ ਆਰ ਕੰਟਰੀ ਔਰ ਦ ਡੇ ਛੋਟੇ ਤੋਂ ਨਾਲੇ ਆਪਾਂ ਮੈਂ ਬਹੁਤ ਸਾਰੇ ਯੂਥ ਦਾ ਦੇਖਿਆ ਕਿ ਉਹ ਬਹੁਤ ਵੱਡੇ ਬਿਜ਼ਨਸਮੈਨ ਨੂੰ ਇੰਸਪਾਇਰ ਕਰਦੇ ਆ ਲਾਈਕ ਬਿਲ ਗੇਟਸ ਹੋ ਗਿਆ ਮਾਈਕਰੋਸਾਫਟ ਦਾ ਓਨਰ ਜੈਫ ਬੇਜ਼ੋਸ ਹੋ ਗਿਆ ਐਮਾਜ਼ਾਨ ਦੇ ਓਨਰ ਤਾਂ ਉਹਨਾਂ ਨੂੰ ਉਹਨਾਂ ਤੋਂ ਬਹੁਤ ਇੰਸਪਾਇਰ ਹੁੰਦੇ ਆ ਪਰ ਉਹਨਾਂ ਦੀ ਲਾਈਫ ਤੋਂ ਕਦੇ ਇੰਸਪਾਇਰ ਨਹੀਂ ਹੁੰਦੇ ਆ ਉਹਨਾਂ ਦੀ ਲਾਈਫ ਤੋਂ ਜੇ ਥੋੜ੍ਹਾ ਜਿਹਾ ਵੀ ਆਪਾਂ ਇੰਸਪਾਇਰ ਹੋਵਾਂਗੇ ਤਾਂ ਆਪਾਂ ਸਾਨੂੰ ਮਿਲੂਗਾ ਕਿ ਹਰ ਹਫ਼ਤੇ ਦੋ ਕਿਤਾਬਾਂ ਉਹ ਖਤਮ ਕਰਦੇ ਆ ਅਤੇ ਇਫ ਯੂ ਰੀਅਲੀ ਲੁਕਿੰਗ ਫੋਰਵਰਡ ਟੂ ਬਿਕਮਿੰਗ ਲਾਈਕ ਦੈਮ ਔਰ ਯੂ ਦੇ ਤੁਸੀਂ ਉਹਨੂੰ ਆਈਡਲ ਮੰਨ ਕੇ ਚੱਲ ਰਹੇ ਹੋ ਤਾਂ ਥੋੜ੍ਹਾ ਜਿਹਾ ਉਹਨਾਂ ਦੀ ਲਾਈਫ ਦਾ ਇੱਕ ਛੋਟਾ ਜਿਹਾ ਰੂਟੀਨ ਵੀ ਅਗਰ ਤੁਸੀਂ ਹੈਬਿਟ 'ਚ ਬਣਾ ਲਓ ਤਾਂ ਥੋੜ੍ਹੀ ਲਾਈਫ ਚੇਂਜ ਹੋ ਜਾਣੀ ਹੈ ਐਂਡ ਟਰਸਟ ਮੀ ਇਟ ਵਿਲ ਚੇਂਜ ਡੈਫੀਨੇਟਲੀ ਮੈਨੂੰ ਲੱਗਦਾ ਕਿ ਸਕਰੀਨ ਤੋਂ ਪਹਿਲਾਂ ਸ਼ਬਦਾਂ ਨਾਲ ਜੁੜਨਾ ਜ਼ਰੂਰੀ ਹੈ ਸ਼ਬਦਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਹਾਂਜੀ ਸ਼ਬਦਾਂ ਨਾਲ ਬਿਨਾਂ ਜਦ ਤੱਕ ਉਹ ਚੀਜ਼ ਕ੍ਰੀਏਟ ਹੀ ਨਹੀਂ ਹੁੰਦੀ ਹੈ ਉਹ ਤੋਂ ਪਹਿਲਾਂ ਤੁਸੀਂ ਉਹਨੂੰ ਦਿਖਾ ਕਿੱਦਾਂ ਸਕਦੇ ਹੋ ਪਹਿਲਾਂ ਕਿਸੇ ਨੂੰ ਤਾਂ ਇਮੇਜਿਨ ਕਰਨਾ ਪੈਣਾ ਕਿਸੇ ਨੂੰ ਵਿਜੁਅਲਾਈਜ਼ ਕਰਨਾ ਪੈਣਾ ਉਸ ਚੀਜ਼ ਨੂੰ ਅਤੇ ਵਿਜੁਅਲਾਈਜ਼ ਹੋਊਗੀ ਉਹ ਚੀਜ਼ ਪਹਿਲਾਂ ਕਿਸੇ ਬੰਦੇ ਦੇ ਦਿਮਾਗ 'ਚ ਆਈ ਕੋਈ ਵੀ ਚੀਜ਼ ਪਹਿਲਾਂ ਦਿਮਾਗ ਇੱਕ ਛੋਟਾ ਜਿਹਾ ਆਈਡੀਆ ਹੁੰਦਾ ਆ ਜਿਹੜਾ ਰਿਐਲਿਟੀ ਬਣਦਾ ਆ ਜਿਹੜਾ ਸੜਕਾਂ ਬਣਦੀਆਂ ਨੇ ਪੁੱਲ ਬਣਦੇ ਆ ਐਨੀਥਿੰਗ ਦਿਸ ਆਡੀਟੋਰੀਅਮ ਆ ਬਣਦੇ ਆ ਉਹ ਪਹਿਲਾਂ ਇਹਦਾ ਤਾਂ ਪੇਪਰ 'ਤੇ ਸਟਰਕਚਰ ਬਣਦਾ ਆ ਪੂਰਾ ਡਿਜ਼ਾਈਨ ਬਣਦਾ ਆ ਉਹ ਤੋਂ ਬਾਅਦ ਹੀ ਫਿਰ ਸੀਮੈਂਟ 'ਤੇ ਸੀਮੈਂਟ ਇੱਟਾਂ 'ਤੇ ਇੱਟਾਂ ਜੁੜਦੀਆਂ ਨੇ ਅਤੇ ਪਹਿਲਾਂ ਜੇ ਤੁਸੀਂ ਸ਼ਬਦਾਂ ਨੂੰ ਹੀ ਇਹਦੇ ਤੁਹਾਡੀ ਤੁਸੀਂ ਉਹਦੀ ਜੜ ਹੀ ਮਜ਼ਬੂਤ ਨਹੀਂ ਕੀਤੀ ਤਾਂ ਫਿਰ ਤੁਸੀਂ ਮਕਾਨ ਕਿੱਥੋਂ ਮਿਲ ਜੂਗਾ ਤੁਹਾਨੂੰ ਅਤੇ ਦੈਟਸ ਆਲ ਆਈ ਵਾਂਟ ਟੂ ਸੇ ਬਹੁਤ ਸੋਹਣੇ ਤਰੀਕੇ ਨਾਲ ਅਤੇ ਤੁਹਾਡੀ ਜਿਹੜੀ ਕਿਤਾਬ ਬਾਰੇ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡੀ ਜਿਹੜੀ ਕਿਤਾਬ ਆ ਉਹ ਕਿੱਦਾਂ ਦੀ ਆ ਕਿਵੇਂ ਦੀ ਹੋਈ ਓਕੇ ਠੀਕ ਹੈ ਅਤੇ ਆਪਾਂ ਬਚਪਨ ਤੋਂ ਕਾਫੀ ਫੌਂਡ ਆਫ ਰਹੇ ਹਾਂ ਬਚਪਨ ਅਤੇ ਤੁਸੀਂ ਸੁਣੀ ਹੋਣੀ ਆ ਕਛੂਏ ਅਤੇ ਖਰਗੋਸ਼ ਦੀ ਰੇਸ ਦੀ ਕਹਾਣੀ ਕਛੂਆ ਅਤੇ ਖਰਗੋਸ਼ ਰੇਸ ਲਾਉਂਦੇ ਆ ਅਤੇ ਉਹਦੇ 'ਚ ਕਛੂਆ ਜਿੱਤ ਜਾਂਦਾ ਕਿਉਂਕਿ ਖਰਗੋਸ਼ ਨੂੰ ਲੱਗਦਾ ਕਿ ਬਈ ਉਹਦੇ ਨੇ ਤਾਂ ਜਿੱਤ ਜਾਣਾ ਅਤੇ ਉਹ ਆਰਾਮ ਕਰਦਾ ਰਹਿੰਦਾ ਆ ਅਤੇ ਰੈਸਟ ਕਰਨ ਅਤੇ ਉਹ ਤੋਂ ਆਪਾਂ ਸਿੱਖਦੇ ਹਾਂ ਕਿ ਕੰਟੀਨਿਊਸਲੀ ਅੱਗੇ ਵਧਣਾ ਬਹੁਤ ਜ਼ਰੂਰੀ ਹੁੰਦਾ ਆ ਅਤੇ ਮੈਂ ਬਚਪਨ ਤੋਂ ਹੀ ਜਾਨਵਰਾਂ ਬਾਰੇ ਕਾਫੀ ਕਹਾਣੀਆਂ ਪੜ੍ਹਦਾ ਰਿਹਾ ਹਾਂ ਕਾਫੀ ਜ਼ਿਆਦਾ ਮੈਂ ਉਹਨਾਂ ਦਾ ਫੌਂਡ ਆਫ ਰਿਹਾ ਹਾਂ ਅਤੇ ਮੈਂ ਕਾਫੀ ਟਰਾਈ ਕਰਨ ਤੋਂ ਬਾਅਦ ਇੱਕ ਸਟੋਰੀ ਕ੍ਰੀਏਟ ਕੀਤੀ ਜਿਹੜੀ ਮੇਰੀ ਬੁੱਕ ਦਾ ਨਾਮ ਆ ਬੇਸਿਕਲੀ ਮਿਸਟਰੀ ਆਫ ਅ ਕਰੋਲਿੰਗ ਬਟਰਫਲਾਈ ਅਤੇ ਹਿੰਦੀ 'ਚ ਦੱਸਾਂ ਤਾਂ ਰੇਂਗਤੇ ਹੋਏ ਤਿੱਤਲੀ ਦਾ ਰਹੱਸ ਅਤੇ ਇੱਕ ਤਿੱਤਲੀ ਦਾ ਰੇਂਗਤੇ ਹੋਏ ਤਿੱਤਲੀ ਦਾ ਰਹੱਸ ਤੁਹਾਨੂੰ ਟਾਈਟਲ ਸੁਣ ਕੇ ਹੀ ਸਮਝ ਆ ਜਾਣਾ ਆ ਚੀਜ਼ ਕਿ ਤਿੱਤਲੀ ਦਾ ਕੰਮ ਜਿਹੜਾ ਹੁੰਦਾ ਉਹ ਰੇਂਗਣਾ ਨਹੀਂ ਹੁੰਦਾ ਆ ਉਹ ਉੱਡਣਾ ਹੁੰਦਾ ਆ ਉੱਡਣਾ ਹੁੰਦਾ ਆ ਮੈਂ ਵੀ ਕਹਿੰਦਾ ਕਿ ਤੁਸੀਂ ਮਤਲਬ ਇਹ ਜ਼ਹਿਨ 'ਚ ਕਿੱਦਾਂ ਆਇਆ ਕਿ ਤਿੱਤਲੀ ਉੱਡਦੀ ਆ ਰੇਂਗਦਾ ਹੋਇਆ ਸ਼ਬਦ ਮੈਨੂੰ ਲੱਗਦਾ ਕਿ ਤਿੱਤਲੀ ਅਲੋਪ ਹੀ ਹੋਗੀ ਹਾਂਜੀ ਤਿੱਤਲੀ ਅਲੋਪ ਹੀ ਹੋਗੀ ਨਾਲੇ ਅਲੋਪ ਦਾ ਕਾਰਨ ਇਹ ਹੈ ਕਿ ਅੱਜ ਤਾਂ ਸਮਾਜਿਕ ਅਤੇ ਕਿਤੇ ਨਾ ਕਹੀਂ ਕਿਤੇ ਨਾ ਕਿਤੇ ਮੈਂ ਇਸ 'ਚ ਕੋਸ਼ਿਸ਼ ਆਹੀ ਕੀਤੀ ਹੈ ਕਿ ਅੱਜ ਦੇ ਸੁਸਾਇਟੀ 'ਚ ਜਿਹੜਾ ਆਪਾਂ ਕਿਸੇ ਦੇ ਪਰ ਕੱਟ ਦਿੰਦੇ ਹਾਂ ਕਿ ਮਤਲਬ ਉਹਨੂੰ ਆ ਨਹੀਂ ਕਰਨ ਦੇਣਾ ਉਹਨੂੰ ਆ ਨਹੀਂ ਕਰਨ ਦੇਣਾ ਅਤੇ ਪਹਿਲਾਂ ਹੀ ਉਹਦੇ ਸਾਹਮਣੇ ਲਿਮਿਟੇਸ਼ਨ ਸੈੱਟ ਕਰ ਦੇਣਾ ਕਿ ਬਾਈ ਤੇਰੀ ਲਿਮਿਟ ਇੱਥੇ ਤੱਕ ਆ ਅਤੇ ਉਹੀ ਸੇਮ ਚੀਜ਼ ਮੇਰੀ ਸਟੋਰੀ 'ਚ ਰਿਫਲੈਕਟ ਕਰਦੀ ਹੈ ਮੇਰੀ ਸਟੋਰੀ ਐਕਚੁਅਲੀ ਜਿਹੜੀ ਆ ਉਹ ਕਰਜ਼ਡ ਟ੍ਰੀ ਬਾਰੇ ਆ ਇੱਕ ਛਾਪੇ ਜੰਗਲ ਆ ਜਿੱਥੇ ਕੁਝ ਤਿੱਤਲੀਆਂ ਰਹਿੰਦੀਆਂ ਇੱਕ ਪੇੜ ਦੇ ਉੱਤੇ ਨਾਲੇ ਉਹ ਪੇੜ ਜਿਹੜਾ ਹੈਗਾ ਉਹ ਛਾਪਿਤ ਆ ਅਤੇ ਛਾਪਿਤ ਹੈ ਨਾ ਕਿ ਉਹਦੇ 'ਤੇ ਰਹਿਣ ਵਾਲਾ ਜਿਹੜਾ ਵੀ ਜੋ ਵੀ ਰਹਿੰਦੇ ਆ ਨਾ ਤਿੱਤਲੀਆਂ ਹੋ ਗਏ ਗਲਹਿਰੀਆਂ ਹੋ ਗਈ ਛੋਟੇ ਛੋਟੇ ਜਿੰਨੇ ਵੀ ਪ੍ਰਾਣੀ ਰਹਿੰਦੇ ਆ ਉਹਨਾਂ 'ਤੇ ਵੀ ਉਹ ਥੋੜ੍ਹਾ ਜਿਹਾ ਨਾ ਛਾਪ ਦਾ ਅਸਰ ਆ ਗਿਆ ਅਤੇ ਅਸਰ ਆਉਣ ਦੇ ਕਾਰਨ ਨਾ ਉਹ ਤਿੱਤਲੀਆਂ ਜਿਹੜੀਆਂ ਰਿੰਗਣ ਲੱਗ ਗਈਆਂ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਪਰਾਂ ਦਾ ਕੰਮ ਕੀ ਆ ਉਹਨਾਂ ਨੂੰ ਲੱਗਦਾ ਕਿ ਬਸ ਵਧੀਆ ਲੱਗਦਾ ਸਾਡੇ ਉੱਤੇ ਪਰ ਅਸਲ 'ਚ ਪਰਾਂ ਦਾ ਕੰਮ ਸਿਰਫ ਵਧੀਆ ਲੱਗਣਾ ਨਹੀਂ ਹੁੰਦਾ ਉਹਨਾਂ ਦਾ ਕੰਮ ਉੱਡਣਾ ਹੁੰਦਾ ਆ ਅਤੇ ਉਹਦੇ 'ਚ ਹੀ ਉਹ ਛਾਪੇ ਜੰਗਲ 'ਚ ਇੱਕ ਛੋਟੇ ਜਿਹੇ ਨੰਨੇ ਜਿਹੇ ਛੋਟੇ ਜਿਹੇ ਬਟਰਫਲਾਈ ਦਾ ਜਨਮ ਹੁੰਦਾ ਆ ਤਿੱਤਲੀ ਦਾ
हरे जे पेड़ आ वगैरह वगैरह आया तो मेरे विंग्स का परपस की आ, मेरे पर होने का मकसद की है जे मैं ये तो अगे देख ही नहीं सकता तो मेरी कहानी वो बारे है। इट्स इट विल एक्चुअली टीच यू अबाउट हाउ टू राइज इन लाइफ। आप सारे कितना कितना एक केज से फस जाने तो वह केज तो बाहर किदा देखना आ मेरी किताब वो बारे है। ਤੰਦਰੀ ਨਾ ਜਿੱਦਾਂ ਤੁਸੀਂ ਗੱਲਾਂ ਗਈ ਮੇਰੇ ਜਹਿਨ 'ਚ ਇੱਕ ਸੀਰੀਅਲ ਆਉਂਦਾ ਆਪਾਂ ਨਿੱਕੇ ਨਿੱਕੇ ਵੇਖਦੇ ਸੀ ਮੋਗਲੀ ਵਾਲਾ। ਹਾਂਜੀ ਮੋਗਲੀ ਵਾਲਾ ਉਹ ਚੀਜ਼ ਅਸਾਂ ਉਦੋਂ ਅਸੀਂ ਜਦੋਂ ਸਿਰਫ ਉਹਨੂੰ ਐਂ ਵੇਖਦੇ ਹੁੰਦੇ ਸੀ ਵੀ ਸਿਰਫ ਇੱਕ ਮਨੋਰੰਜਨ ਦੇ ਲਈ ਹੈ ਨਾ, ਪਰ ਰੀਅਲ ਦੇ ਵਿੱਚ ਜੇ ਆਪਾਂ ਹੁਣ ਉਹ ਚੀਜ਼ ਨੂੰ ਮਾਣੀ ਤਾਂ ਲੱਗਦਾ ਕਿ ਅਸਲ ਇੱਕ ਸਾਡਾ ਜਿਹੜਾ ਕੁਦਰਤ ਦੇ ਨਾਲ ਪਿਆਰ ਆ। ਹਾਂਜੀ ਲੱਗਦਾ ਨਹੀਂ ਕਿ ਲਗਾਤਾਰ ਇਹ ਚੀਜ਼ ਘੱਟਦੀ ਜਾਂਦੀ, ਆਪਾਂ ਰੁੱਖ ਕੱਟਦੇ ਵੱਧਦਾ ਲਗਾਉਂਦਾ ਮਤਲਬ ਦਾ ਕੋਈ ਹੈ ਨਹੀਂ ਗਾ, ਨਿੱਕੇ ਨਿੱਕੇ ਘਰ ਹੋ ਗਏ ਸਿਰਫ ਇੱਕ ਆਪਾਂ ਕਹਿ ਸਕਦੇ ਹਾਂ ਕਿ ਜ਼ਮੀਨ ਤੋਂ ਲੈ ਕੇ ਗਮਲਿਆਂ ਤੱਕ ਆ ਗਏ। ਹਾਂਜੀ ਹਾਂਜੀ ਅਤੇ ਇਸ ਚੀਜ਼ 'ਤੇ ਮੈਂ ਬਿਲਕੁਲ ਅਗਰੀ ਕਰਦਾ ਹਾਂ ਬਿਕੋਜ਼ ਕਿਤੇ ਨਾ ਕਿਤੇ ਦੇਖੋ ਇੱਕ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰੂੰਗਾ ਬਹੁਤ ਕਿ ਆਪਾਂ ਹਿਊਮਨ ਸੁਪੀਰੀਅਰ ਕਿਉਂ ਆ, ਮਤਲਬ ਬਾਕੀ ਸਾਰੇ ਲੋਕਾਂ ਤੋਂ ਬਾਕੀ ਸਾਰੇ ਜਾਨਵਰਾਂ ਤੋਂ ਆਪਾਂ ਸੁਪੀਰੀਅਰ ਕਿਉਂ ਆ। ਵੋਟ ਇਫ ਆਈ ਸੇ ਕਿ ਜੇ ਜਾਨਵਰ ਹੁੰਦੇ ਹੀ ਨਾ ਤਾਂ ਆਪਾਂ ਨੂੰ ਸੁਪੀਰੀਅਰ ਕੰਸਿਡਰ ਕੌਣ ਕਰਦਾ? ਫਿਰ ਤਾਂ ਆਪਾਂ ਜਾਨਵਰਾਂ ਦੇ ਬਰਾਬਰ ਹੀ ਹੁੰਦੇ ਜੇ ਜਾਨਵਰ ਐਗਜ਼ਿਸਟ ਨਹੀਂ ਕਰਦੇ ਦੁਨੀਆ 'ਚ। ਅਤੇ ਕਿਤੇ ਨਾ ਕਿਤੇ ਉਹਨਾਂ ਦੀ ਐਗਜ਼ਿਸਟੈਂਸ ਹੀ ਆ ਜਿਹੜੀ ਆਪਾਂ ਇਨਸਾਨਾਂ ਨੂੰ ਉਹਨਾਂ ਤੋਂ ਉੱਤੇ ਲੈ ਕੇ ਜਾਂਦੀ ਆ। ਅਤੇ ਜੇ ਉਹ ਐਗਜ਼ਿਸਟ ਕਰਨੇ ਬੰਦ ਹੋ ਗਏ ਤਾਂ ਫਿਰ ਹਿਊਮਨਸ ਨੂੰ ਉੱਤੇ ਦਾ ਦਰਜਾ ਦਊਗਾ ਕੌਣ? ਅਤੇ ਆਈ ਪਰਸਨਲੀ ਬਿਲੀਵ ਕਿ ਐਨੀਮਲਸ ਦਾ ਹੋਣਾ, ਜਾਨਵਰਾਂ ਦਾ ਹੋਣਾ ਅਤੇ ਉਹਨਾਂ ਦੇ ਜੰਗਲਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿ ਦੁਨੀਆ ਦਾ ਬੈਲੈਂਸ ਬਣਾ ਰਹੇ। ਜੇ ਕਿਤੇ ਵੀ ਕਦੇ ਵੀ ਕੋਈ ਵੀ ਚੀਜ਼ ਜਦੋਂ ਇਮਬੈਲੈਂਸ ਹੁੰਦੀ ਆ ਦੁਨੀਆ 'ਚ, ਹਰ ਇੱਕ ਚੀਜ਼ ਫੋਟੋਸਿੰਥੈਸਿਸ ਥਿਊਰੀ ਹੋ ਗਈ ਜਾਂ ਦੁਨੀਆ ਦੀ ਲਾਈਫ ਸਾਈਕਲ ਹੋ ਗਈ ਜਿੱਦਾਂ ਜ਼ਿੰਦਗੀ ਚੱਲ ਰਹੀ ਆ, ਐਨੀਮਲਸ ਦਾ ਹੋ ਗਿਆ, ਹਰ ਇੱਕ ਚੀਜ਼ ਪ੍ਰੋਪਰ ਜਦ ਤੱਕ ਬੈਲੈਂਸ 'ਚ ਨਹੀਂ ਚੱਲਦੀ ਆ ਉਹ ਸਭ ਕੁਝ ਖਰਾਬ ਹੋ ਜਾਣਾ। ਜੇ ਮਤਲਬ ਕਿਸੇ ਵੀ ਚੀਜ਼ ਦਾ ਵਾਧਾ ਘਾਟਾ ਹੋਣਾ ਉੱਪਰ ਵਾਲਿਆਂ ਨੇ ਬਣਾਈ ਆ ਬਾਈ, ਅਤੇ ਕੁਝ ਸੋਚ ਸਮਝ ਕੇ ਹੀ ਬਣਾਈ ਆ ਅਤੇ ਉਹ ਉੱਪਰ ਵਾਲਾ ਬਾਈ ਸਿੱਧੀ ਜਿਹੀ ਗੱਲ ਆ। ਅਤੇ ਪ੍ਰੋਪਰ ਬੈਲੈਂਸ ਹੋਣਾ ਇਜ਼ ਅ ਮਸਟ ਐਂਡ ਵੀ ਸ਼ੁੱਡ ਲਾਈਕ। ਆਪਾਂ ਗਰੋਥ ਹਿਊਮਨਸ ਦੀ ਇੱਕ ਹਕੀਕਤ ਆ ਕਿ ਹਿਊਮਨਸ ਨੂੰ ਗਰੋ ਕਰਨਾ, ਅੱਗੇ ਵਧਣਾ ਆ, ਅਤੇ ਆਪਾਂ ਅੱਗੇ ਵਧਣ ਤੋਂ ਪਿੱਛੇ ਨਹੀਂ ਹਟ ਸਕਦੇ। ਮਾਂ ਭਾਰਤ 'ਚ ਵੀ ਲਿਖੀ ਆ ਕਿ ਅੱਗੇ ਵਧਣਾ ਹੀ ਆ, ਇਨਸਾਨਾਂ ਦੀ ਰਿਐਲਿਟੀ ਆ ਕਿ ਅੱਗੇ ਵਧਣਾ ਆ, ਪਰ ਅੱਗੇ ਵਧਣ ਦਾ ਇਹ ਮਤਲਬ ਤਾਂ ਨਹੀਂ ਹੁੰਦਾ ਕਦੇ ਵੀ ਕਿ ਪਿੱਛੇ ਜਿਹੜੇ ਰਹਿ ਰਹੇ ਉਹਨਾਂ ਨੂੰ ਖਤਮ ਹੀ ਕਰ ਦੇਣਾ। ਠੀਕ ਹੈ, ਅੱਗੇ ਵਧਣ ਦੇ ਹੋਰ ਵੀ ਆਪਸ਼ਨਸ ਕ੍ਰੀਏਟ ਹੋ ਸਕਦੇ ਆ। ਬਿਲਕੁਲ, ਜਿੱਦਾਂ ਮੈਨੂੰ ਲੱਗਿਆ ਕਿ ਤੁਹਾਡੀ ਨਾ ਪਹਿਲੀ ਕਿਤਾਬ ਹੈ। ਹਾਂਜੀ ਮੇਰੀ ਪਹਿਲੀ ਕਿਤਾਬ ਹੈ, ਦੂਜਾ ਪਾਰਟ ਮੇਰਾ ਜੂਨ 'ਚ ਆ ਰਿਹਾ। ਅੱਛਾ, ਇਹ ਸੇਮ ਕਿਤਾਬ ਤਿੰਨ ਪਾਰਟ 'ਚ ਆ। ਠੀਕ ਹੈ, ਅਤੇ ਇਹਦਾ ਦੂਜਾ ਪਾਰਟ ਆ ਮੇਰਾ ਜੂਨ 'ਚ ਰਿਲੀਜ਼, ਅਤੇ ਤੀਜਾ ਪਾਰਟ ਮੇਰਾ ਦਿਵਾਲੀ 'ਤੇ ਇਸ ਸਾਲ ਏਅਰ ਐਂਡ 'ਤੇ। ਅਤੇ ਇਹ ਤਿੰਨ ਕਿਤਾਬਾਂ ਨੇ ਟੋਟਲ ਜਿਹੜੀ ਬਹੁਤ ਵੱਖ ਵੱਖ ਐਨੀਮਲਸ ਨੂੰ ਕਵਰ ਕਰੂੰਗੇ। ਹਾਲੇ ਇਹ ਕਿਤਾਬ ਬਟਰਫਲਾਈ ਸੱਪਾਂ ਦੇ ਨਾਲ ਅਤੇ ਗਲਹਿਰੀਆਂ ਦੇ ਨਾਲ ਸ਼ੁਰੂ ਹੁੰਦੀ ਆ ਮੇਰੀ ਕਹਾਣੀ, ਉਹ ਤੋਂ ਬਾਅਦ ਅੱਗੇ ਦੇਰ ਹੌਲੀ ਹੌਲੀ ਵੱਧਦੇ ਫਿਰ ਬੂਲਸ ਆਉਂਦੇ ਆ, ਲਾਇਨਸ ਆਉਂਦੇ ਆ, ਟਾਈਗਰਸ ਆਉਂਦੇ ਆ। ਤੁਸੀਂ ਪੂਰਾ ਜੰਗਲ ਦਿਖਾ ਦੇਣਾ, ਮੈਂ ਪੂਰਾ ਜੰਗਲ ਦਿਖਾਉਣਾ, ਅਤੇ ਨਾਲੇ ਆਹ ਵੀ ਮੈਂ ਅੱਗੇ ਜਾ ਕੇ ਸ਼ੋਅ ਕਰਨਾ ਆ ਕਿ ਐਨੀਮਲਸ ਦਾ ਹੱਕ ਕਿੱਥੇ ਤੱਕ ਆਉਂਦਾ ਆ, ਅਤੇ ਐਨੀਮਲਸ ਨੂੰ ਉਹਨਾਂ ਦਾ ਹੱਕ ਕਾਹਤੋਂ ਮਿਲਣਾ ਚਾਹੀਦਾ ਆ, ਜੰਗਲ ਨੂੰ ਉਹਦਾ ਹੱਕ ਮਿਲਣਾ ਚਾਹੀਦਾ। ਭਲੇ ਮੰਨਦਾ ਕਿ ਰੁੱਖ ਬੋਲ ਨਹੀਂ ਸਕਦੇ, ਪਰ ਜਿੰਦੇ ਤਾਂ ਉਹ ਵੀ ਆ, ਅਤੇ ਉਹ ਲੱਗਦਾ ਕਿ ਰੁੱਖ ਬੋਲ ਨਹੀਂ ਸਕਦੇ, ਪਰ ਆਪਾਂ ਨੂੰ ਬੋਲਣ ਦੇ ਵਿੱਚ ਜੇ ਯੋਗਦਾਨ ਆ ਤਾਂ ਰੁੱਖਾਂ ਦਾ ਹੀ ਆ। ਰੁੱਖਾਂ ਦਾ ਹੀ ਆ, ਬਿਲਕੁਲ ਬਿਲਕੁਲ, ਸਿੱਧੀ ਜਿਹੀ ਗੱਲ ਹੈ। ਅਤੇ ਵੋਟ ਇਫ ਕਦੇ ਉਹ ਉੱਠ ਗਏ, ਕਦੇ ਉਹ ਬੋਲਣ ਲੱਗ ਗਏ, ਅਤੇ ਉਸ ਟਾਈਮ 'ਤੇ ਆਪਾਂ ਕੀ ਰਿਐਕਟ ਕਰਾਂਗੇ? ਜੇ ਕਿਤੇ ਜਿੱਦਾਂ ਆਪਾਂ ਉਹਨਾਂ ਨੂੰ ਕੱਟਦੇ ਰਹਿੰਦੇ ਆ, ਵੋਟ ਇਫ ਦੇ ਸਟਾਰਟ ਕਟਿੰਗ ਆਰ ਬਿਲਡਿੰਗਸ, ਕਦੇ ਉਹ ਉੱਠ ਗਏ ਸਾਰੇ ਇਕੱਠੇ ਹੋ ਗਏ ਤਾਂ ਇੰਨੇ ਪੇੜ ਆ, ਸਾਰਿਆਂ ਨੇ ਜੰਗ ਛੇੜਤੀ, ਉਹ ਸਾਰੇ ਆ ਗਏ ਇੱਥੇ, ਅਤੇ ਸਾਰੇ ਸਾਡੇ ਸੀਮੈਂਟਡ ਮਕਾਨ ਵਗੈਰਾ ਵਗੈਰਾ ਜੋ ਆਪਾਂ ਉਹਨਾਂ ਨਾਲ ਕਰਦੇ ਹਾਂ, ਜੇ ਕਦੇ ਉਹ ਕਰਨ ਲੱਗ ਗਏ ਸਾਡੇ ਨਾਲ ਫਿਰ ਕੀ ਬਚੂਗਾ ਆਪਣਾ? ਅਤੇ ਦਿਸ ਇਜ਼ ਵੋਟ ਮਾਈ ਸਟੋਰੀ ਇਜ਼ ਅਬਾਊਟ। ਅਤੇ ਅੱਗੇ ਤੁਸੀਂ ਇਹਦੇ ਬਾਰੇ ਤੁਸੀਂ ਖੁਦ ਹੀ ਜਾਣੋਗੇ ਜਦੋਂ ਕਿਤਾਬ ਪੜ੍ਹੋਗੇ। ਮੇ ਬੀ ਸ਼ਾਇਦ ਮੇਰੀ ਕਿਤਾਬ 'ਚ ਕਦੇ ਇੱਦਾਂ ਵੀ ਹੋ ਸਕਦਾ, ਡਿਪੈਂਡਸ ਔਨ ਯੂ ਕਿ ਤੁਸੀਂ ਉਹਨੂੰ ਕਿੱਦਾਂ ਪੜ੍ਹ ਰਹੇ ਹੋ, ਕਿ ਕੀ ਪਤਾ ਰੁੱਖ ਬੋਲ ਪੈਣਾ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਕਿਉਂਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈਗਾ। ਸੋ ਬਹੁਤ ਚੰਗੀਆਂ ਗੱਲਾਂ ਲੱਗੀਆਂ ਹੈ ਨਾ ਕਿ ਜਿੱਦਾਂ ਇਹਨਾਂ ਜ਼ਿਕਰ ਕੀਤਾ ਕਿ ਰੁੱਖਾਂ ਦਾ ਜ਼ਿਕਰ ਕੀਤਾ, ਹਕੀਕਤ ਜੀ ਗੱਲ ਹੈ ਕਿ ਰੁੱਖ ਬੋਲਦੇ ਨਹੀਂ, ਪਰ ਅਸੀਂ ਬੋਲਦੇ ਹਾਂ ਤਾਂ ਰੁੱਖਾਂ ਕਰਕੇ ਬੋਲਦੇ ਹਾਂ, ਅਸੀਂ ਜਿਉਂਦੇ ਹਾਂ ਤਾਂ ਰੁੱਖਾਂ ਕਰਕੇ ਜਿਉਂਦੇ ਹਾਂ, ਅਸੀਂ ਜੰਗਲਾਂ ਕਰਕੇ ਜਿਉਂਦੇ ਹਾਂ, ਜੰਗਲਾਂ ਨੂੰ ਕੱਟ ਰਹੇ ਹਾਂ ਤਾਂ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਅਤੀਤ ਨੂੰ ਜ਼ਰੂਰ ਕੱਟ ਰਹੇਗੇ। ਸੋ ਜ਼ਰੂਰ ਸਾਨੂੰ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ, ਸਾਨੂੰ ਸ਼ਬਦਾਂ ਦੇ ਨਾਲ ਜੁੜਨਾ ਚਾਹੀਦਾ। ਸਾਡੀ ਅੱਜ ਦੀ ਮੁਲਾਕਾਤ ਕਿਵੇਂ ਲੱਗੀ ਸਾਨੂੰ ਆਪਣੇ ਕਮੈਂਟਸ ਕਰਕੇ ਜ਼ਰੂਰ ਦੱਸਿਓ। ਧੰਨਵਾਦ। ਥੈਂਕ ਯੂ ਸਰ। ਥੈਂਕ ਯੂ।